दोस्तों सत श्री अकाल। सब तो पहला था किसान मजदूर एकता जिंदाबाद एंड देश प्रदेश बसदे सारे पंजाबी भैन भरावां दा थैंक यू वेरी मच। तुसी सारे बहुत प्यार दे रहे हो, साथ दे रहे हो, हौसला दे रहे हो, तुहाडे हौसले लई थैंक यू वेरी मच। लेकिन जिहड़ा आ समाज चलदा पिया साडे सारयां लई इक्को जिहा ही है। ਭੀੜਾਂ ਹਮੇਸ਼ਾ ਪੈਂਦੀਆਂ ਨੇ, ਕੋਈ ਟੈਨਸ਼ਨ ਨਹੀਂ। ਲੇਕਿਨ ਸਭ ਤੋਂ ਪਹਿਲੀ ਗੱਲ, ਆਪਾਂ 1% ਵੀ ਕਿਸੇ ਨੇ ਡਰਨਾ ਨਹੀਂ, ਨਾ ਵਾਪਸ ਮੁੜਨਾ ਘਰਾਂ ਨੂੰ ਜਦ ਤੱਕ ਅਸੀਂ ਜਿੱਤਦੇ ਨਹੀਂ, ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਸਰਕਾਰ। ਆਪਾਂ ਦਿੱਲੀ ਦੇ ਮੋਰਚਿਆਂ 'ਤੇ ਇਸੇ ਤਰ੍ਹਾਂ ਡਟੇ ਰਹਾਂਗੇ, ਜੋ ਹੋਣਾ ਦੇਖੀ ਜਾਊਗੀ। ਜਦੋਂ ਸਾਡੇ ਬਜ਼ੁਰਗਾਂ ਨੂੰ, ਸਾਡੇ ਨੌਜਵਾਨਾਂ ਨੂੰ ਇੰਨੇ ਲੋਕਾਂ 'ਤੇ ਤਸ਼ੱਦਦ ਕਰ ਚੁੱਕੀ ਹੈ ਸਰਕਾਰ, ਜੇ ਕੁਛ ਹੋਰ ਲੋਕ ਵੀ ਉਹਨਾਂ ਨੂੰ ਚਾਹੀਦੇ ਨੇ ਤਾਂ ਕੋਈ ਟੈਨਸ਼ਨ ਨਹੀਂ। मैं इसलिए लाइव आया कि कल मैं कहता सी कि जो भी होया गलत होया, मेरा मतलब ये नहीं है कि जो भी होया गलत होया। मेरा मतलब सी कि जिहड़ा दिल्ली 26 जनवरी नूं जिहड़ा साडा अंदोलन 2 महीने तो उस समय तक बहुत चंगा चलता पिया सी, सरकार दीआं कोझीआं हरकतां करके साडे पूरे अंदोलन नूं ढा लगी, साडे बहुत लोगों के हौसले टुटते टुटते बचे। लेकिन टकैत साहब दी एक छोटी जी वीडियो तो बाद फिर वापस अंदोलन उदा ही जुड़न लग गया। तो अज तक 1% भी हुण जिहड़ा पहला आपां नूं लगदा सी कि उत्थे कोई नुकसान होया जां कोई प्रॉब्लम हुई है, कोई प्रॉब्लम नहीं। हुण बिल्कुल चंगी तरह पहलां तो किते ज़्यादा पावरफुल हो के साडा जिहड़ा अंदोलन चलदा पिया। ना साडे हौसले पहलां कदे ढहणे ने ते ना अगे कदे ढहणे ने। ਮੇਰੀਆਂ ਤਸਵੀਰਾਂ ਇਹਨਾਂ ਨੇ ਜਾਰੀ ਕੀਤੀਆਂ, ਕੋਈ ਫਰਕ ਨਹੀਂ, ਹੋਰ ਬੜੇ ਲੋਕਾਂ ਦੀਆਂ ਕੀਤੀਆਂ, ਸ਼ਾਇਦ ਆਉਣ ਵਾਲੇ ਸਮੇਂ 'ਚ ਹੋਰ ਵੀ ਬੜੇ ਲੋਕਾਂ ਦੀਆਂ ਤਸਵੀਰਾਂ ਇੱਦਾਂ ਜਾਰੀ ਕਰਨ ਅਤੇ ਬੜੇ ਆਰਟਿਸਟਾਂ ਦੀਆਂ ਤਸਵੀਰਾਂ ਜਾਰੀ ਕਰਨ। ਕਿਉਂਕਿ ਇਹਨਾਂ ਨੂੰ ਪਤਾ ਕਿ ਜਿਹੜੇ ਲੋਕਾਂ ਦੇ ਨਾਲ ਲੋਕਾਂ ਨੂੰ ਜੋੜਦੇ ਨੇ, ਜੇ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਡਰਾਵਾਂਗੇ ਧਮਕਾਵਾਂਗੇ, ਸ਼ਾਇਦ ਇਹਨਾਂ ਦੇ ਪਿੱਛੇ ਹੋਰ ਵੀ ਲੋਕ ਡਰਨਗੇ। ਪਰ ਆਪਾਂ ਹੁਣ ਡਰਨਾ ਨਹੀਂ, ਹੁਣ ਤਾਂ ਹੋਰ ਸਗੋਂ ਡਟ ਕੇ ਖੜਨ ਦਾ ਟਾਈਮ ਆ ਗਿਆ। ਜਿਹੜੇ ਜਿਹੜੇ ਬੰਦਿਆਂ 'ਤੇ ਸਰਕਾਰ ਉਂਗਲ ਉਠਾਉਂਦੀ ਹੈ ਜਾਂ ਉਹਨਾਂ ਜਾਂ ਦਬਾਉਣ ਦੀ ਟਰਾਈ ਕਰਦੀ ਹੈ, ਉਹਨਾਂ ਨੂੰ ਤਾਂ ਬਿਲਕੁਲ ਨਹੀਂ ਡਰਨਾ। ਡਰਨਾ ਤਾਂ ਕਿਤੇ ਵੀ ਨਹੀਂ। ਮੇਰੇ ਪਿੰਡੋਂ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਹੋਇਆ ਇਸ ਟਾਈਮ, ਜਿਹੜਾ ਕਿਸਾਨ ਇਕੱਠੇ ਉੱਠ ਜਾਂਦੇ ਨੇ ਹਰ ਹਫ਼ਤੇ ਲਾਡੀ ਦੇ ਨਾਲ। ਜਿੰਨੇ ਹੋਰ ਲੋਕ ਜੁੜੇ ਨੇ ਉਹ ਵੀ ਟਰਾਲੀਆਂ ਭਰ ਭਰ ਕੇ ਜਾਂਦੇ ਪਏ ਨੇ। ਦੇਸ਼ਾਂ ਪ੍ਰਦੇਸ਼ਾਂ 'ਚ ਬੈਠਿਆਂ ਨੂੰ ਵੀ ਇਹੀ ਗੱਲ ਮੈਂ ਕਹਿਣੀ ਚਾਹੁੰਦਾ ਕਿ 1% ਵੀ ਇਹਨਾਂ ਸੋਚਿਓ ਕਿ ਡਰ ਗਏ ਜਾਂ ਮਨ ਦੇ ਵਿੱਚ ਕੋਈ ਇੱਦਾਂ ਲੱਗਦਾ ਕਿ ਪਤਾ ਨਹੀਂ ਕੀ ਹੋਜੂ। ਕੁਛ ਨਹੀਂ ਹੁੰਦਾ, ਹੁਣ ਨਹੀਂ ਟੈਨਸ਼ਨ ਹੈਗੀ। ਅੱਗੇ ਕਿਹੜਾ ਸਾਡੇ ਬਹੁਤ ਝੰਡੇ ਝੂਲਦੇ ਨੇ ਕਿ ਅਸੀਂ ਪਤਾ ਨਹੀਂ ਕੀ ਕਰਦੇ ਪਏ ਹਾਂ। ਸਰਕਾਰ ਨੇ ਤਾਂ ਪਹਿਲੇ ਵਿਹਲੇ ਕਰਕੇ ਬਿਠਾਇਆ ਪਿਆ ਸਾਰੀ ਦੁਨੀਆ ਨੂੰ। ਜੱਦੀ ਮੋਦੀ ਸਰਕਾਰ ਆਈ ਆ, ਮੈਂ ਡਾਇਰੈਕਟਲੀ ਇਹ ਗੱਲ ਕਹਿਣਾ ਚਾਹੁੰਦਾ ਕਿ ਜੱਦੀ ਮੋਦੀ ਸਰਕਾਰ ਆਈ ਆ, ਕਦੇ ਨੋਟਬੰਦੀ, ਕਦੇ ਕੋਈ ਟੈਕਸ ਲੱਗ ਗਿਆ, ਕਦੇ ਕੁਛ ਲੱਗ ਗਿਆ, ਸਾਡੇ ਮੁਲਕ ਦਾ ਹੋਇਆ ਤਾਂ ਕੀ ਪਿਆ ਪਹਿਲਾਂ ਹੀ। ਅਤੇ ਜੇ ਅਸੀਂ ਹੁਣ ਵੀ ਡਰ ਗਏ ਤਾਂ ਇਹ ਤੋਂ ਬਾਅਦ ਫਿਰ ਸਾਨੂੰ ਸਾਡੇ ਕੋਲ ਅੱਗੇ ਸੰਭਲਣ ਦਾ ਟਾਈਮ ਹੈ ਨਹੀਂ, ਨਾ ਅਸੀਂ ਆਉਣ ਵਾਲੇ ਜਨਰੇਸ਼ਨ ਕਿ ਅਸੀਂ ਤੁਹਾਡੇ ਲਈ ਖੜੇ ਹੋਏ ਹਾਂ। ਮੇਰੇ ਲਾਈਵ ਆਉਣ ਦਾ ਮਤਲਬ ਸਿਰਫ ਇੰਨਾ ਕੀ ਹੈ ਕਿ ਜਿੰਨੇ ਲੋਕ ਇਸ ਕੱਲ੍ਹ ਮੇਰੀ ਵੀਡੀਓ ਦੇਖ ਕੇ ਕਹਿੰਦੇ ਪਏ ਸੀ ਕਿ ਮੈਂ ਕਿਤੇ ਨਾ ਕਿਤੇ ਡਰਦਾ ਜਾਂ ਮੇਰੇ ਮਨ ਕਿਤੇ ਕੋਈ ਡਰ ਆ, ਕੋਈ ਡਰ ਨਹੀਂ, ਜੋ ਹੋਈ ਹੋਊਗਾ ਦੇਖੀ ਜਾਊਗਾ। ਐਂਡ ਦੂਜੀ ਗੱਲ ਇਹ ਵੀ ਕਹਿਣਾ ਚਾਹੁੰਦਾ ਕਿ ਜਿੰਨੇ ਲੋਕ ਇਸ ਅੰਦੋਲਨ ਨੂੰ ਅੱਗੇ ਤੋਰਨ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ, ਅਸੀਂ ਉਹਨਾਂ ਨੂੰ ਕਿਸੇ ਨੂੰ ਅਣਦੇਖਿਆ ਨਹੀਂ ਕਰ ਸਕਦੇ। ਚਾਹੇ ਉਹ ਦੀਪ ਸਿੱਧੂ ਆ, ਚਾਹੇ ਸਾਡਾ ਭਰਾ ਲੱਖਾ ਸਦਾਣਾ, ਚਾਹੇ ਕਵਰ ਗਰੇਵਾਲ ਨੇ, ਚਾਹੇ ਸਾਡੇ ਹੋਰ ਆਰਟਿਸਟ ਭਰਾ ਨੇ, ਜਿਨ੍ਹਾਂ ਨੇ ਵੀ ਸਾਡੇ ਇਸ ਅੰਦੋਲਨ ਨੂੰ ਅੱਗੇ ਵਧਾਉਣ ਦੇ ਵਿੱਚ ਸਾਥ ਦਿੱਤਾ, ਉਹ ਹਮੇਸ਼ਾ ਸ਼ਲਾਘਾਯੋਗ ਨੇ, ਹਮੇਸ਼ਾ ਉਹਨਾਂ ਨੂੰ ਸਲਿਊਟ ਹੈ। ਐਂਡ ਸਾਰੇ ਪਹਿਲਾਂ ਤੋਂ ਜ਼ਿਆਦਾ ਹੌਸਲਿਆਂ ਦੇ ਨਾਲ ਉਸੇ ਤਰ੍ਹਾਂ ਕਿਸਾਨਾਂ ਦੇ ਨਾਲ ਖੜੇ ਨੇ, ਖੜੇ ਰਵਾਂਗੇ, ਐਂਡ ਤੱਕ ਖੜੇ ਰਵਾਂਗੇ ਜਦ ਤੱਕ ਜਿੱਤ ਕੇ ਵਾਪਸ ਨਹੀਂ ਆਉਂਦੇ। ਸੋ ਬਹੁਤ ਸਾਰੇ ਲੋਕ ਵੀ ਜੁੜ ਗਏ ਇੱਥੇ, ਨੈਟਵਰਕ ਚੱਲ ਗਿਆ ਸੀ ਵਿੱਚ ਬਹੁਤ ਸਾਰੇ ਲੋਕ, ਜਿਹੜੇ ਸਤਵਿੰਦਰ ਸੈਂਬੀ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਰਣਵੀਰ ਸਿੰਘ ਕੰਬੋਜ, ਹੈਪੀ ਪਨੇਸਰ, ਧਰਮਿੰਦਰ ਸਿੰਘ, ਨਿੱਕੂ,
बमला, रणजोत सिंह धूत, पंजी सिंह, सतनाम कौर, गौरव गाबा, गुरजीत सिंह, बहुत सारे दोस्त जिन्ने भी जो सब नू जी आया नू सब थैंक यू वेरी मच। मैं फिर बार बार कहना कि मेरा लाइव आउट मकसद एक ही है कि ये गल मैं सारा तक जावा कि मैं कला नहीं, आप किसी ने भी डरना नहीं। मैं तो डरना की है, मैं भी नहीं डरता 1%। जो होना दिख जाऊगा हूँ, क्योंकि आप जिहड़ा सा अंदोलन है बहुत अग्गे तक पहुँच चुके हैं एंड सरकारों नू इहदा किसी ना किसी तरीके डराइए, किसी ना किसी तरीके तोड़िए, पर आप ना डरना तो ना आप टुटना, आप ऐसे तरह जुड़ के रहिए। जो मर्जी हो जाए, आप जो किसानी अंदोलन है उन किसी भी तरीके कोई नुकसान ना पहुंचाने दे सरकार नू, जां जिहड़े लोग इस अंदोलन नू तोड़ना चाहते, किसी की गल नहीं है। जिन्हें जो कहना, जिन्हें जो बोलना बोली जान दिओ, जिन्हें जो करना करी जान दिओ। जिन्हें लोग इस समय अपने अपने तरीके, चाहे वह तरीका थोड़ा जा जोशीला, चाहे वह शांतिपूर्वक है, आप अपने अपने तरीके लगे रहिए, जुड़े रहिए, अंदोलन अगे तुरदा रहे, आप जित के अपने आप वापस आइए, क्योंकि साड़ी होम ते होम दा जिहड़ा इस तरह सवाल है, साड़ी रोटी का सवाल है, साड़े किसान भैणां भरावां का सवाल है, ये साडा सारिआं दा सवाल है, सारिआं दी जिंदगी का सवाल है। सो जिन्हें भी अब्रॉड विच बैठे ने, कल अब्रॉड भी बहुत फोन आए हैं, बहुत जगह तो फोन आए हैं कि बई जी डरना नहीं है इस समय, असीं सारे तुहाडे नाल हां। सो डरना तो है ही नहीं बई जी, जो होगा वह बाद दीआं गल्लां ने। सब तो पहला आपां इंसान के जिहड़ा हक दे विच सारे इंसान इदां ही खड़े होईए इंसानियत तौर पर, ना इस समय हिंदू मुसलमान किसी धर्म नूं लैके उत्थे कोई गल करिए, ना आपां इस बंदे ने यह किया, उस बंदे ने वह किया, इन्हां गल्लां ते जाइए। असी अपने अंदोलन नूं शांतिपूर्वक सिखरां तक लेके जाइए, जित के वापस घरां नूं आइए। किसी ने कोई गल करनी आ इत्थे लिख के गल कर सकदे हो, तुसी हौसला दिंदे रहो, आप बिल्कुल हौसले दिंदे भी रहते, हौसले च रहना भी है, जे खुद हौसले बुलंद होणगे तो हौसले दिंदे भी रहांगे। इसे वास्ते टीवी ते न्यूज़ां चलदियां ते फिर लाइव आके तुहाडे नाल जुड़िया, तुहाडे नाल गल करन लग्गिया, कोई हौसला नहीं टुटिया, कुछ नहीं होया, वाहिगुरू जानदा सच्ची मुची। 1% भी दिमाग कोई इदां दी गल नहीं की होजूगा, जो होना देखी जाऊगा। मेरे फैमिली सारी मेरे नाल है, कहिंदे ने जो होना देखी जाऊ, टेंशन ना लिओ, तुसीं ऐसे तरह कानां दे नाल खड़े रहो, तुसीं अपने हक की लड़ाई लड़ रहे हो, हक लई दिल्ली बरूहां ते बैठे हो, सड़कां ते बैठे हो, तुहानूं किसे नूं डरन की लोड़ नहीं, हौसले रखन की लोड़ है। समय आपां हौसला रख के उत्थे बैठे रहिए, समां लग सकदा लेकिन जितांगे जरूर, हौले बुलंद रखने पैने ने। बरिंदर नवे पिंडिया जर्मनी, प्रीत सिंह, अमर पाला, सुखजीत सिंह, निकू बमरा, सारे कहने तुहाडे नाल आ बिल्कुल जी, सारे आपां किसानां दे नाल, एक दूजे का हौसला बनी ते किसानां दा इदां ही साथ दिंदे रहिए। गाने भी हुण पिछे जिहड़े आए ने सारे किसानी दे उपर ही गाने गा रहे ने, जिन्ने भी आर्टिस्ट ने, सारिआं दा फर्ज है, आर्टिस्ट अपने गाणिआं नाल भी हाजरियां लाउंदे ने, अपने जिन्ने फैन ने उन्हां नूं नाल जोड़दे ने, लोकां नूं नाल जोड़दे ने। सो साडा जिहड़ा फर्ज है इदां ही है, सारे फर्ज चंगे तरीके नाल निभाउंदे रहिए। ते लखा भी 23 तरीक नूं बहुत वड्डी रैली कर रहे, उत्थे भी वध-वध पहुंचिए। मेन मकसद सारे का एक ही है, लखे भरा का भी, बाकी जिन्हें जथेबंदियां ने उन्होंने भी सारा का, कि आप अपने अंदोलन में कमजोर ना होने दईए, जो होना वो देखी जाऊ। इंडिविजुअल जिहड़े बंदे ना जो सरकार कर रही ने, वह सरकार कोई हद तक सरकार ने करी जानिया ने, क्योंकि उन्होंने सानू किसी ना किसी तरीके तोड़ना, साडे हौसले तोड़ने ने, पर आप ना आपस टुटना तो ना हौसले टुटन देना। सो मेरे पिंड तो भी ट्रालियां भर के उदा ही जा रही ने, उदा ही वापस लोग आते हैं, अगले बंदे फिर जाते, तुम भी सारे पिंड शहर वाले जिन्हें बंदे इस टाइम देख रहे हो, ऐसे तरह अपने हौसले को बुलंद रखियो, किसानी अंदोलन इदा जुड़े रहो, जब तक आप जित के वापस नहीं आते। तो ट्रालियां भर भर के भेजनिया बंद नहीं करनिया कद, जिन्हों लोगों के कोल जाने साधन नहीं है उन्होंने आप जोड़ के अपने नाल तोरीए, किसी बंदे नूं कोई प्रॉब्लम होंदी आ खड़े होइए। इस समय किसी नूं भंडना जां किसी नूं कुछ बोलना, इस समय सारियां गल्लां छड्ड दईए। जे किसी तों कोई छोटी मोटी कोई गल हो भी जांदी है, कितें कुछ बोलिया भी जांदा ना,
ਉਹਨੂੰ ਅਣਦੇਖਿਆ ਕਰਦੇ ਤਾਂ ਕਿ ਕਿਸੇ ਬੰਦੇ ਦਾ ਹੌਸਲਾ ਨਾ ਟੁੱਟੇ। ਮੈਂ ਕੱਲ੍ਹ ਪਰਸੋਂ ਜਦੋਂ ਲਾਈਵ ਬਾਅਦ ਚੋਂ ਦੇਖਦਾ ਸੀ ਥੱਲੇ ਵਿਊ, ਕਈ ਬੰਦਿਆਂ ਨੇ ਜਦੋਂ ਮੈਂ ਉੱਥੇ ਗੱਲ ਕਰਦਾ ਸੀ, ਡਰ ਗਿਆ ਤੂੰ ਫਲਾਨਾ ਹੋ ਗਿਆ, ਡਰਨਾ ਭਰਾ ਕਿਉਂ ਆ। ਮੈਂ ਉਸ ਦਿਨ ਜਿਹੜੀ ਗੱਲ ਕਹੀ ਸੀ ਕਿ ਮੈਂ ਜਿੱਥੇ ਤੱਕ ਪਹੁੰਚਿਆ ਮੈਂ ਆਪਣੀ ਉਹ ਸਿਰਫ ਜਿਹੜਾ ਸੱਚ ਸੀ ਉਹ ਦੱਸਿਆ ਕਿ ਮੈਂ ਲਾਲ ਤੱਕ ਪਹੁੰਚਿਆ ਜੀ, ਮੈਂ ਕਰਨਾਲ ਬਾਈਪਾਸ ਤੱਕ ਸੀ। ਉਹ ਸੱਚ ਦੱਸਣਾ ਬਹੁਤ ਜ਼ਰੂਰੀ ਹੈ ਕਿ ਜੋ ਜਿੱਥੇ ਤੱਕ ਆਪਾਂ ਗਏ ਹਾਂ, ਆਪਾਂ ਨੂੰ ਝੂਠ ਬੋਲਣ ਦੀ ਨਾ ਲੋੜ ਹੈ ਨਾ ਡਰਨ ਦੀ ਲੋੜ ਹੈ। ਮੈਂ ਫਿਰ ਕਹਿੰਦਾ ਕਿ ਪਹਿਲੇ ਦਿਨ ਤੋਂ ਕਿਸਾਨ ਦੇ ਨਾਲ ਖੜੇ ਹਾਂ, ਹੁਣ ਵੀ ਖੜੇ ਹਾਂ ਅਤੇ ਐਂਡ ਤੱਕ ਇੱਦਾਂ ਹੀ ਖੜੇ ਰਵਾਂਗੇ। ਲੇਕਿਨ ਆਪਾਂ ਨੂੰ ਕੋਈ ਇੱਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਕਿ ਆਪਾਂ ਬੇਵਜ੍ਹਾ ਗਏ ਜੇ, ਹਾਂ ਮੈਂ ਤਾਂ ਜੇ ਇੱਥੇ ਸੀ ਮੈਂ ਉੱਥੇ ਸੀ। ਜਿਹੜਾ ਬੰਦਾ ਜਿੱਥੇ ਸੀ ਉਹਨੂੰ ਡਰਨ ਦੀ ਲੋੜ ਨਹੀਂ, ਆਪਾਂ ਕੋਈ ਗੁਨਾਹ ਨਹੀਂ ਕੀਤਾ। ਜਿਹੜੇ ਉਹ ਵੀ ਗਏ ਨੇ ਕੋਈ ਗੱਲ ਨਹੀਂ, ਆਪਾਂ ਆਪਣੀ ਪਰੇਡ ਲਈ ਆਪਣਾ ਏਕਾ ਜਦੋਂ ਉੱਥੇ ਦਿਖਾਉਣ ਲਈ ਗਏ ਹਾਂ, ਹੌਸਲਿਆਂ ਦੇ ਵਿੱਚ ਜੋਸ਼ ਦੇ ਵਿੱਚ ਉੱਥੇ ਕੁਛ ਲੋਕ ਉੱਧਰ ਵੀ ਚਲੇ, ਅਸੀਂ ਕੋਈ ਜ਼ੁਲਮ ਥੋੜ੍ਹੀ ਕਰਤਾ। ਸੋ ਇਸੇ ਤਰ੍ਹਾਂ ਜੁੜੇ ਸਾਰੇ ਜਾਣੇ, ਕਿਸੇ ਦਾ ਹੌਸਲਾ ਨਾ ਟੁੱਟਣ ਦੀਏ, ਕਿਸੇ ਨੂੰ ਕੁਛ ਇਸ ਸਮੇਂ ਮਾੜਾ ਨਾ ਬੋਲੀਏ, ਇੱਕ ਦੂਜੇ ਦਾ ਸਾਥ ਦੇਈਏ, ਹੌਸਲਾ ਬਣੀਏ, ਤਾਂ ਕਿ ਅਸੀਂ ਆਪਣੇ ਕਿਸਾਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਪੂਰੇ ਹੌਸਲਿਆਂ ਨਾਲ ਖੜੇ ਰਹੀਏ। ਕਿਸੇ ਇੱਕ ਬੰਦੇ ਦਾ ਵੀ ਹੌਸਲਾ ਢਹਿਣ ਨਾ ਦੇਈਏ, ਹੌਸਲਾ ਨਹੀਂ ਆਪਣੇ ਕਿਸਾਨਾਂ ਦਾ, ਆਪਣੇ ਭੈਣਾਂ ਭਰਾਵਾਂ ਦਾ ਜਿਹੜੇ ਉੱਥੇ ਬੈਠੇ ਨੇ। ਸਗੋਂ ਜਾ ਕੇ ਉੱਥੇ ਵਾਰ ਵਾਰ ਆਪਾਂ ਆਪਣੇ ਆਪ ਨੂੰ, ਜੇ ਘਰੇ ਕੋਈ ਕੰਮ ਲਾਈਏ ਫਿਰ ਜਾਈਏ, ਘਰੇ ਰੁਕਣ ਦਾ ਵੇਲਾ ਹੈ ਨਹੀਂ ਹੁਣ। ਆਪਣਾ ਇਕੱਠ ਦਿਖਾਉਣ ਦਾ, ਆਪਣਾ ਆਪਣੀ ਤਾਕਤ ਦਿਖਾਉਣ ਦਾ ਸਮਾਂ, ਆਪਣੇ ਫਿਊਚਰ ਨੂੰ ਬਚਾਉਣ ਦਾ ਸਮਾਂ ਇਹ। ਸੋ ਸਾਰੇ ਜਾਣੇ ਜੁੜੇ ਰਹੋ ਕਿਸਾਨਾਂ ਦੇ ਨਾਲ, ਇਸ ਅੰਦੋਲਨ ਦੇ ਨਾਲ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਹੌਸਲੇ ਇਸੇ ਤਰ੍ਹਾਂ ਬੁਲੰਦ ਰੱਖਿਓ, ਇਸੇ ਤਰ੍ਹਾਂ ਜੁੜੇ ਰਹੋ ਕਿਸਾਨਾਂ ਦੇ ਨਾਲ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।